ਪੰਜਾਬੀ ਲੋਕ ਰੰਗਮੰਚ ਵੈਲਫੇਅਰ ਸੁਸਾਇਟੀ ਨੱਥੂ ਵਾਲਾ ਗਰਬੀ ਦੇ ਸਮੂਹ ਕਲਾਕਾਰਾਂ ਵੱਲੋਂ ਨਾਟਕ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼, ਜ਼ੋਰਦਾਰ ਤਾੜੀ ਲਾ ਦਿਓ। ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਸੈਂਡਰਸ ਨੂੰ ਗੋਲੀ ਮਾਰ ਦਿੱਤੀ। ਹੈ? ਸੈਂਡਰਸ ਨੂੰ ਗੋਲੀ ਮਾਰਤੀ? ਅੰਗਰੇਜ਼ ਅਫਸਰ ਨੂੰ ਗੋਲੀ ਮਾਰਤੀ? ਕਮਾਲ ਕਰਤੀ ਬਾਪੂ। ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਸੈਂਡਰਸ ਨੂੰ ਗੋਲੀ ਮਾਰਤੀ। ਹੋ ਬੱਲੇ ਓ ਸ਼ੇਰਾ, ਰਖਮ ਖਾਈਏ, ਤੂੰ ਇਸ ਹਿੰਦੁਸਤਾਨ ਦਾ ਮਹਾਨ ਸਪੂਤ ਹੈ। ਭਗਤ ਸਿੰਘ ਨੇ ਗੋਰਿਆਂ ਨੂੰ ਚੰਗਾ ਸਬਕ ਸਿਖਾਇਆ। ਹੋਰ ਕੀ, ਇੰਨੇ ਬਿਨਾ ਇਹਨਾਂ ਨੇ ਟਲਣਾ ਥੋੜੀ ਸੀ। ਭਗਤ ਸਿੰਘ ਨੇ ਸੈਂਡਰਸ ਨੂੰ ਗੋਲੀ ਮਾਰਤੀ। ਅਖਬਾਰ ਚ ਵੀ ਆ ਗਿਆ ਤਾਂ ਹੋਰ। ਚਲੋ ਹੁਣ ਆਪਾਂ ਲਾਮਬੰਦ ਹੋਈਏ ਸਾਰੇ ਜਾਣੇ, ਆਪਾਂ ਨੂੰ ਹੁਣ ਉਹਨਾਂ ਦਾ ਸਾਥ ਦੇਣਾ ਚਾਹੀਦਾ। ਚਲੋ ਚੱਲੀਏ। ਵਧੀਆ ਕੀਤਾ, ਚੰਗਾ ਹੋਇਆ, ਦੇਸ਼ ਦਾ ਦੁਸ਼ਮਣ ਮਾਰ ਦਿੱਤਾ। ਉਹ ਫੇਰ ਕੀ ਹੋਣਾ ਸੀ, ਸੂਰਮੇ ਘਬਰਾਏ ਨੀ ਔਰ ਭੱਜਣ ਦੀ ਕੋਸ਼ਿਸ਼ ਨੀ ਕੀਤੀ, ਸਗੋਂ ਖੁਦ ਗ੍ਰਿਫਤਾਰ ਹੋਏ ਨੇ। ਕਿਉਂਕਿ ਅਸੈਂਬਲੀ ਵਿੱਚ ਬੰਬ ਉਹਨਾਂ ਨੇ ਕਿਸੇ ਦਾ ਕੋਈ ਜਾਨੀ ਨੁਕਸਾਨ ਕਰਨ ਲਈ ਨਹੀਂ ਸੁੱਟੇ ਸਨ, ਬਲਕਿ ਅੰਗਰੇਜ਼ ਹਕੂਮਤ ਦੇ ਕੰਨ ਖੋਲਣ ਲਈ ਸੁੱਟੇ ਸਨ। ਓਏ ਹੋਰ ਕੀ, ਜਾਨੀ ਮਾਲੀ ਨੁਕਸਾਨ ਤਾਂ ਹੋਇਆ ਵੀ ਨਹੀਂ। ਓਏ ਸੂਰਮਿਆਂ ਨੇ ਆਪ ਦਿੱਤੀ ਆ ਗ੍ਰਿਫਤਾਰੀ ਜਾ ਕੇ ਉੱਥੇ। ਬੇਸ਼ੱਕ ਉਹਨਾਂ ਨੇ ਗ੍ਰਿਫਤਾਰੀਆਂ ਆਪ ਦਿੱਤੀਆਂ ਨੇ, ਪਰ ਫਿਰ ਵੀ ਅੰਗਰੇਜ਼ ਹਕੂਮਤ ਤੋਂ ਕੋਈ ਬਹੁਤੇ ਚੰਗੇ ਦੀ ਉਮੀਦ ਨਹੀਂ ਰੱਖੀ ਜਾ ਸਕਦੀ ਤੇ ਸਾਨੂੰ ਇਹਨਾਂ ਸੂਰਬੀਰ ਯੋਧਿਆਂ ਦਾ ਸਾਥ ਦੇਣਾ ਚਾਹੀਦਾ। ਬਿਲਕੁਲ ਸਾਥ ਦੇਣਾ ਚਾਹੀਦਾ। ਚਲੋ ਸਾਰੇ ਹਿੰਦੁਸਤਾਨੀਆਂ ਨੂੰ ਲਾਮਬੰਦ ਕਰੀਏ। ਚਲੋ ਲਾਮਬੰਦ ਕਰਦੇ ਆ। ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਅਸੈਂਬਲੀ 'ਚ ਬੰਬ ਸੁੱਟ ਦਿੱਤਾ। ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਅਸੈਂਬਲੀ 'ਚ ਬੰਬ ਸੁੱਟ ਦਿੱਤਾ। ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਅਸੈਂਬਲੀ 'ਚ ਬੰਬ ਸੁੱਟ ਦਿੱਤਾ। ਕੀ ਹੋਇਆ ਭੈਣੇ, ਸੁਣਿਆ ਹੈ ਭਗਤ ਸਿੰਘ ਤੇ ਉਹਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ? ਹਾਂ ਭੈਣੇ। ਚੱਲ ਕੋਈ ਨਾ ਭੈਣੇ, ਉਹ ਤਾਂ ਸੂਰਮੇ ਨੇ, ਤੂੰ ਟੈਨਸ਼ਨ ਨਾ ਲੈ, ਸਭ ਠੀਕ ਹੋ ਜਾਊਗਾ। ਕੋਈ ਪਤਾ ਨਹੀਂ
ਹਕੂਮਤ ਦਾ ਕਾਇਰਾਨਾ ਤੇ ਕਾਤਲਾਨਾ ਫੈਸਲਾ। ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ 24 ਮਾਰਚ ਨੂੰ ਫਾਂਸੀ ਦੀ ਸਜ਼ਾ ਤੈਅ। ਅੰਗਰੇਜ਼ ਹਕੂਮਤ ਦਾ ਕਾਇਰਾਨਾ ਤੇ ਕਾਤਲਾਨਾ ਫੈਸਲਾ। ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ 24 ਮਾਰਚ ਨੂੰ ਫਾਂਸੀ ਦੀ ਸਜ਼ਾ ਤੈਅ। ਮਾਂ, ਤੂੰ ਸੁਣਿਆ, ਭਗਤ ਸਿੰਘ ਦੀ ਫਾਂਸੀ ਦੀ ਤਰੀਕ ਤੈਅ ਕਰ ਦਿੱਤੀ ਗਈ ਹੈ। ਹੋਰ ਇਹ ਕੀ ਕਰ ਵੀ ਕੀ ਸਕਦੇ ਨੇ? ਤੇਰੇ ਵੀਰ ਭਗਤ ਸਿੰਘ ਤੋਂ ਇਹਨਾਂ ਗੋਰੇ ਬਿੱਲੀਆਂ ਨੂੰ ਡਰ ਜਾ ਲੱਗਦਾ ਹੈ। ਮੇਰੇ ਪੰਜਾਬ ਪਿਆਰੇ ਦੇਸ਼ ਵਾਸੀਓ, ਅੰਗਰੇਜ਼ ਸਰਕਾਰ ਨੇ ਰਾਜਗੁਰੂ ਸੁਖਦੇਵ ਭਗਤ ਸਿੰਘ ਤਿੰਨ ਸੂਰਬੀਰ ਯੋਧਿਆਂ ਨੂੰ 24 ਮਾਰਚ ਨੂੰ ਫਾਂਸੀ ਦੇਣਾ ਤੈਅ ਕਰ ਦਿੱਤਾ ਹੈ ਤੇ ਅਸੀਂ ਹੁਣ ਸਾਰੇ ਭਾਰਤੀ ਚੁੱਪ ਨਹੀਂ ਬੈਠਾਂਗੇ। ਅਸੀਂ ਸਾਰੇ ਭਾਰਤ ਵਾਸੀ ਰਲ ਕੇ ਜਲਸੇ ਕਰਾਂਗੇ, ਜਲੂਸ ਕੱਢਾਂਗੇ ਤੇ ਮੁਜ਼ਾਹਰੇ ਕਰਾਂਗੇ। ਹਾਂ ਹਾਂ, ਅਸੀਂ ਮੁਜ਼ਾਹਰੇ ਕਰਾਂਗੇ। ਆਓ ਸਾਰਿਆਂ ਨੂੰ ਲਾਮਬੰਦ ਕਰੀਏ। ਚਲੋ ਇਨਕਲਾਬ। ਇਸ ਅੰਗਰੇਜ਼ ਹਕੂਮਤ ਨੇ ਮੈਨੂੰ ਤੇ ਮੇਰੇ ਸਾਥੀਆਂ ਨੂੰ 24 ਮਾਰਚ ਨੂੰ ਫਾਂਸੀ ਦੇਣਾ ਤੈਅ ਕਰ ਲਿਆ, ਪਰ ਤੂੰ ਡੋਲੀ ਨਾ ਮਾਂ, ਤੇਰਾ ਇਹ ਪੁੱਤ ਆਪਣੇ ਦੇਸ਼ ਦੀ ਅਣਖ ਖਾਤਰ ਕੁਰਬਾਨੀ ਦੇਣ ਚੱਲਿਆ। ਮੈਂ ਆਪਣਾ ਇਹ ਸੁਪਨਾ ਆਪਣੇ ਦੇਸ਼ ਵਾਸੀਆਂ ਲਈ ਛੱਡ ਕੇ ਜਾ ਰਿਹਾ ਅਤੇ ਮੇਰੇ ਇਸ ਅਧੂਰੇ ਸੁਪਨੇ ਨੂੰ ਮੇਰੇ ਦੇਸ਼ ਵਾਸੀ ਪੂਰਾ ਕਰਨਗੇ। ਤੂੰ ਦੇਸ਼ ਦੇ ਹਰ ਇੱਕ ਨੌਜਵਾਨ ਵਿੱਚੋਂ ਭਗਤ ਸਿੰਘ ਦੇਖੇਗੀ ਮਾਂ। ਤੂੰ ਮੈਨੂੰ ਆਸ਼ੀਰਵਾਦ ਦੇ ਕਿ ਤੇਰਾ ਇਹ ਪੁੱਤ ਆਪਣੇ ਦੇਸ਼ ਲਈ ਹੱਸ ਕੇ ਕੁਰਬਾਨ ਹੋਵੇ। ਚੰਗਾ ਭੈਣੇ, ਮੈਂ ਚੱਲਦਾ। ਹਾਂ ਭੈਣੇ, ਮੈਨੂੰ ਤੁਹਾਡਾ ਤੇ ਮੇਰੇ ਦੇਸ਼ ਵਾਸੀਆਂ ਦਾ ਪਿਆਰ ਆਪਣੀ ਮੰਜ਼ਿਲ ਵੱਲ ਲੈ ਕੇ ਜਾ ਰਿਹਾ ਹੈ। ਤੇਰਾ ਵੀਰ ਹੱਸ ਹੱਸ ਕੇ ਆਪਣੇ ਮੁਲਕ ਲਈ ਕੁਰਬਾਨ ਹੋਏਗਾ। ਇਨਕਲਾਬ, ਇਨਕਲਾਬ। ਮੇਰੇ ਪਿਆਰੇ ਦੇਸ਼ ਵਾਸੀਓ, ਮੈਂ ਆਪਣੇ ਇਸ ਆਜ਼ਾਦ ਭਾਰਤ ਦੇ ਸੁਪਨੇ
ਛੱਡ ਕੇ ਜਾ ਰਿਹਾ ਤੇ ਮੈਂ ਉਮੀਦ ਕਰਦਾ ਕਿ ਮੇਰਾ ਇਹ ਸੁਪਨਾ ਤੁਸੀਂ ਪੂਰਾ ਕਰੋਗੇ। ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ। 23 ਮਾਰਚ ਸਨ 31 ਦਿਨ ਕਾਲ ਆਇਆ ਹੈ, ਹੋ ਜ਼ਾਲਮ ਪਾਪੀ ਗੋਰਿਆਂ ਅਸੀਂ ਕਹਿਰ ਕਮਾਇਆ, ਹੋ ਰੋਇਆ ਅੰਬਰ ਰੋ ਪਏ, ਰੋਇਆ ਅੰਬਰ ਰੋ ਪਏ, ਭਾਰਤ ਦੇ ਵਾਸੀ ਭਗਤ ਸਿੰਘ ਸਰਦਾਰ ਗੋਰੇ ਨੇ ਦੇਤਾ ਫਾਂਸੀ ਹੈ, ਭਗਤ ਸਿੰਘ ਸਰਦਾਰ ਗੋਰੇ ਨੇ ਦੇਤਾ ਫਾਂਸੀ, ਫਾਂਸੀ ਭਗਤ ਸਿੰਘ ਸਰਦਾਰ ਗੋਰੇ ਨੇ ਦੇਤਾ ਫਾਂਸੀ ਹੈ ਓਏ ਫਾਂਸੀ, ਭਗਤ ਸਿੰਘ ਸਰਦਾਰ ਗੋਰੇ ਨੇ ਦੇਤਾ ਫਾਂਸੀ। ਮੈਂ ਭਗਤ ਸਿੰਘ ਹਾਂ। ਕੀ ਕਿਹਾ? ਮੈਂ ਭਗਤ ਸਿੰਘ ਹਾਂ। ਭਗਤ ਸਿੰਘ? ਕਿਹੜਾ ਭਗਤ ਸਿੰਘ? ਹਾਂ, ਸ਼ਹੀਦ ਭਗਤ ਸਿੰਘ। ਪਰ ਉਹ ਤਾਂ ਇਸ ਦੇਸ਼ ਦੀ ਖਾਤਰ ਅੰਗਰੇਜ਼ਾਂ ਨਾਲ ਲੜਦਾ ਲੜਦਾ ਬਹੁਤ ਸਮਾਂ ਪਹਿਲਾਂ ਸ਼ਹੀਦ ਹੋ ਗਿਆ ਸੀ, ਤਾਂ ਤੂੰ ਕਿਹੜਾ ਭਗਤ ਸਿੰਘ ਜੰਮ ਪਿਆ ਹੈ? ਹੋਰ ਨਹੀਂ, ਉਹੀ ਭਗਤ ਸਿੰਘ ਜੋ 23 ਮਾਰਚ 1931 ਨੂੰ ਸ਼ਹੀਦ ਹੋ ਗਿਆ ਸੀ। ਕੀ ਤੂੰ ਉਹੀ ਭਗਤ ਸਿੰਘ ਹੈ ਜਿਹੜਾ ਸਾਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾ ਕੇ ਕਿਸਾਈਆਂ ਦੇ ਵਸ ਪਾ ਗਿਆ ਸੀ? ਹਾਂ, ਉਹੀ ਭਗਤ ਸਿੰਘ ਜੋ ਤੁਹਾਨੂੰ ਆਜ਼ਾਦੀ ਦਿਵਾਉਣ ਲਈ ਖੁਦ ਫਾਂਸੀ ਦੇ ਰਸੇ ਤੇ ਲਟਕ ਗਿਆ ਸੀ। ਜਿਨ੍ਹਾਂ ਦੇ ਹਵਾਲੇ ਇਸ ਦੇਸ਼ ਨੂੰ ਤੂੰ ਕਰ ਗਿਆ ਸੀ ਨਾ, ਇਹਨਾਂ ਨਾਲੋਂ ਅੰਗਰੇਜ਼ 100 ਗੁਣੇ ਚੰਗੇ ਸੀ ਭਗਤ ਸਿੰਘ। ਉਹਨਾਂ ਦੇ ਰਾਜ ਦੇ ਵਿੱਚ ਕਾਨੂੰਨਾਂ ਦੀ ਕੋਈ ਚੀਜ਼ ਨਾ ਸੀ, ਹੁਣ ਤੱਕ ਕਾਨੂੰਨ ਦੀਆਂ ਸ਼ਰਿਆਂ ਧੱਜੀਆਂ ਉਡਾਈਆਂ ਜਾਂਦੀਆਂ ਨੇ, ਜਿਵੇਂ ਮਰਜ਼ੀ ਹੁੰਦੀ ਆ ਉਦਾਂ ਹੀ ਕਾਨੂੰਨ ਨੂੰ ਬੰਨ ਤੋੜ ਦਿਆ ਜਾਂਦਾ। ਮੇਰਾ ਸੁਪਨਾ ਸੀ। ਬਾਪੂ, ਕਿਸ ਨਾਲ ਗੱਲਾਂ ਕਰ ਰਹੇ ਹੈ? ਲੱਗਦਾ ਬਾਪੂ ਕਿਸੇ ਟੈਨਸ਼ਨ ਵਿੱਚ ਆ। ਬਾਪੂ ਕੱਲੇ ਹੀ ਬੋਲੀ ਜਾਂਦਾ ਹੈ। ਕੀ ਹੋਇਆ ਬਾਪੂ? ਨਹੀਂ, ਇਸ ਨਾਲ ਗੱਲਾਂ ਮੈਂ ਕਰ ਰਿਹਾ। ਮੈਂ ਕੌਣ? ਭਗਤ ਸਿੰਘ। ਭਗਤ ਸਿੰਘ? ਹਾਂ, ਸ਼ਹੀਦ ਭਗਤ ਸਿੰਘ। ਪਰ ਉਹਦੀ ਤਾਂ ਬਹੁਤ ਚਿਰ ਪਹਿਲਾਂ ਉਹ ਸ਼ਹੀਦ ਹੋ ਚੁੱਕਿਆ ਹੈ। ਭਗਤ ਸਿੰਘ ਭਾਵੇਂ ਸ਼ਹੀਦ ਹੋ ਚੁੱਕਿਆ ਪਰ ਭਗਤ ਸਿੰਘ ਦੀ ਸੋਚ ਅੱਜ ਵੀ ਜਿਉਂਦੀ ਏ। ਪਰ ਤੇਰੀ ਸੋਚ ਨੂੰ ਕੋਈ ਅੱਗੇ ਵੀ ਲੈ ਕੇ ਜਾ ਰਿਹਾ ਹੈ। ਇੱਥੇ ਲੋਕ ਕੁਰਸੀ ਦੇ ਭੁੱਖੇ ਨੇ, ਚਾਦਰ ਦੇ ਭੁੱਖੇ ਨੇ, ਪੈਸੇ ਦੀ ਦੌੜ ਲੱਗੀ ਹੋਈ ਹਰ ਪਾਸੇ। ਕੁਛ ਲੋਕ ਤਾਂ ਤੇਰਾ ਨਾਮ ਵਰਤ ਕੇ ਸਿਆਸਤ ਦੀਆਂ ਰੋਟੀਆਂ ਸੇਕਦੇ ਨੇ, ਬਸ ਇਸ ਤੋਂ ਵੱਧ ਕੇ ਕੁਛ ਨਹੀਂ ਇੱਥੇ। ਮੇਰਾ ਸੁਪਨਾ ਸੀ ਕਿ ਮੇਰਾ ਇਹ ਦੇਸ਼ ਆਜ਼ਾਦ ਹੋਵੇ ਤੇ ਅੱਜ ਮੇਰਾ ਇਹ ਮੁਲਕ ਆਜ਼ਾਦ ਹੈ ਤੇ ਲੋਕ ਇਸ ਨੂੰ ਆਜ਼ਾਦ ਭਾਰਤ ਦੇ ਨਾਂ ਨਾਲ ਜਾਣਦੇ ਨੇ। ਆਜ਼ਾਦ? ਤੇਰੇ ਇਸ ਆਜ਼ਾਦ ਭਾਰਤ ਵਿੱਚ ਭ੍ਰਿਸ਼ਟਾਚਾਰ ਤੋਂ ਸਿਵਾਏ ਹੈ ਕੁਝ? ਤੇਰੇ ਇਸ ਆਜ਼ਾਦ ਭਾਰਤ ਵਿੱਚ ਬਲਾਤਕਾਰ ਤੋਂ ਸਿਵਾਏ ਹੈ ਕੁਝ? ਓ, ਇਸ ਆਜ਼ਾਦ ਭਾਰਤ ਵਿੱਚ ਕਿਸੇ ਲਈ ਰੁਜ਼ਗਾਰ ਹੈ? ਤੇਰੇ ਇਸ ਆਜ਼ਾਦ ਭਾਰਤ ਵਿੱਚ ਸਰਮਾਏਦਾਰੀ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ। ਭੁੱਖ ਮਰੀ ਤੇ ਮੰਦ ਹਾਲੀ ਹੈ ਕਿ ਨਹੀਂ? ਬੋਲ ਭਗਤ ਸਿੰਘ, ਬੋਲ। ਚੁੱਪ ਕਿਉਂ ਹੋ ਗਿਆ? ਨੀਵੀਂ ਕਿਉਂ ਪਾ ਲਈ ਹੈ? ਹੈ ਕੋਈ ਜਵਾਬ ਤੇਰੇ ਕੋਲ? ਮੈਂ ਸ਼ਰਮਿੰਦਾ ਹਾਂ, ਮੇਰੇ ਦੇਸ਼ ਦੇ ਹਾਲਾਤ ਦੇਖ ਕੇ ਮੇਰੀ ਨੀਵੀਂ ਪੈ ਗਈ ਹੈ। ਮੈਂ ਭਲੀ ਭਾਂਜਾ ਨੂੰ ਹਾਂ
ਕਿ ਮੇਰਾ ਇਹ ਦੇਸ਼ ਆਜ਼ਾਦ ਨਹੀਂ ਹੈ। ਮੇਰੇ ਦੇਸ਼ ਦੇ ਲੋਕਾਂ ਵਿੱਚ ਅੱਜ ਪਹਿਲਾਂ ਨਾਲੋਂ ਵੀ ਵੱਧ ਅਰਾਜਕਤਾ ਹੈ ਤੇ ਮੇਰਾ ਇਹ ਦੇਸ਼ ਕੁਝ ਮਾੜੀ ਸੋਚ ਵਾਲੇ ਲੋਕਾਂ ਦੀ ਗਲਤ ਮਾਨਸਿਕਤਾ ਦਾ ਗੁਲਾਮ ਹੈ। ਇੱਥੇ ਲੋਕ ਨਾਰੇ ਲਾਉਂਦੇ ਨੇ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ, ਉਹ ਪਰ ਕੋਈ ਪਹਿਰਾ ਦੇ ਵੀ ਰਿਹਾ? ਚੰਦ ਲੋਕ ਤੇਰੀ ਸੋਚ ਨੂੰ ਬਸ ਅੱਗੇ ਲਿਜਾਣ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਨੇ। ਇਹੀ ਤੇਰੇ ਸੁਪਨਿਆਂ ਦਾ ਦੇਸ਼ ਹੈ ਜਿੱਥੇ ਅਰਬਾਂ ਖਰਬਾਂ ਦੇ ਕਪਲੇ ਹੁੰਦੇ ਨੇ, ਜਿਸ ਦੇਸ਼ ਵਿੱਚ ਛੋਟੀਆਂ ਛੋਟੀਆਂ ਬੱਚਿਆਂ ਨਾਲ ਬਲਾਤਕਾਰ ਹੋ ਰਹੇ ਨੇ, ਕਿ ਇਹੀ ਹੈ ਤੇਰੇ ਸੁਪਨਿਆਂ ਦਾ ਦੇਸ਼? ਅੱਜ ਤੇਰੇ ਸੁਪਨਿਆਂ ਦੇ ਦੇਸ਼ ਨੂੰ ਭ੍ਰਿਸ਼ਟ ਨੇਤਾ ਚੂੰਡ ਚੂੰਡ ਖਾ ਰਹੇ ਨੇ। ਤੇਰੀ ਲਾਸਾਨੀ ਕੁਰਬਾਨੀ ਦਾ ਕੋਈ ਮੁੱਲ ਨਹੀਂ ਪਿਆ ਭਗਤ ਸਿੰਘ, ਕੋਈ ਮੁੱਲ ਨਹੀਂ ਪਿਆ, ਕੋਈ ਮੁੱਲ ਨਹੀਂ ਪਿਆ। ਮੈਂ ਤੇ ਸੋਚਿਆ ਸੀ ਕਿ ਮੇਰੇ ਕੁਰਬਾਨੀ ਦੇਣ ਨਾਲ ਮੇਰਾ ਇਹ ਦੇਸ਼ ਆਜ਼ਾਦ ਹੋਏਗਾ, ਮੇਰੇ ਇਸ ਦੇਸ਼ ਦੀ ਵਾਗਡੋਰ ਮੇਰੇ ਆਪਣਿਆਂ ਦੇ ਹੱਥ ਵਿੱਚ ਹੋਏਗੀ, ਇਸ ਨੂੰ ਫਿਰ ਤੋਂ ਸੋਨ ਚਿੜੀ ਕਿਹਾ ਜਾਏਗਾ, ਸਾਡਾ ਕੋਹੇਨੂਰ ਫਿਰ ਤੋਂ ਸਾਡਾ ਹੋਏਗਾ। ਇੱਥੇ ਧਰਮਾਂ ਦੇ ਨਾਂ ਤੇ ਲੋਕਾਂ ਨੂੰ ਲੜਾਇਆ ਨਹੀਂ ਜਾਏਗਾ, ਇੱਥੇ ਸਰਮਾਏਦਾਰੀ ਨਹੀਂ ਹੋਏਗੀ। ਪਰ ਅੱਜ ਮੈਂ ਸਰਦਾਰ ਭਗਤ ਸਿੰਘ ਇਹ ਕਬੂਲ ਕਰਦਾ ਕਿ ਮੇਰਾ ਇਹ ਦੇਸ਼ ਆਜ਼ਾਦ ਨਹੀਂ ਗੁਲਾਮ ਹੈ, ਇਹਨਾਂ ਭ੍ਰਿਸ਼ਟ ਲੋਕਾਂ ਦੀ ਗੰਦੀ ਸੋਚ ਦਾ ਗੁਲਾਮ। ਮੇਰਾ ਦਿਲ ਕਰਦਾ ਕਿ ਮੈਂ ਇੱਕ ਵਾਰ ਫਿਰ ਤੋਂ ਜਨਮ ਲੈ ਕੇ ਫਿਰ ਤੋਂ ਆਪਣੇ ਇਸ ਦੇਸ਼ ਲਈ ਕੁਰਬਾਨ ਹੋਵਾਂ, ਵਾਰ ਵਾਰ ਆਪਣੇ ਦੇਸ਼ ਤੋਂ ਕੁਰਬਾਨ ਹੋਵਾਂ। ਨਾ ਭਗਤ ਸਿੰਘ, ਨਾ ਨਾ, ਇਹਨਾਂ ਲੋਕਾਂ ਦੀ ਖਾਤਰ ਵਾਰ ਵਾਰ ਜਨਮ ਲੈ ਕੇ ਕੁਰਬਾਨ ਨਾ ਹੋਵੀਂ। ਪਰਮਾਤਮਾ ਕਰੇ ਕਿ ਤੂੰ ਕਿਸੇ ਐਸੇ ਮੁਲਕ ਵਿੱਚ ਜਨਮ ਲਵੇਂ ਜਿੱਥੇ ਕਦੇ ਭ੍ਰਿਸ਼ਟਾਚਾਰ ਨਾ ਹੋਵੇ, ਜਿੱਥੇ ਬੇਰੋਜ਼ਗਾਰੀ ਨਾ ਹੋਵੇ, ਜਿੱਥੇ ਧਰਮਾਂ ਦੇ ਨਾਂ ਤੇ ਦੰਗੇ ਫਸਾਦ ਨਾ ਹੋਣ, ਜਿੱਥੇ ਜਾਤਾਂ ਪਾਤਾਂ ਦੇ ਨਾਂ ਤੇ ਲੋਕਾਂ ਨੂੰ ਮਰਵਾਇਆ ਨਾ ਜਾਵੇ। ਹਾਂ ਭਗਤ ਸਿੰਘ, ਹਾਂ, ਉਸ ਦੇਸ਼ ਵਿੱਚ ਜਨਮ ਲਵੀਂ ਜਿੱਥੇ ਕੁੱਖਾਂ ਵਿੱਚ ਤੀਆਂ ਦਾ ਕਤਲ ਨਾ ਹੋਵੇ, ਉੱਥੇ ਜਨਮ ਲਈ ਜਾ। ਹਾਂ ਭਗਤ ਸਿੰਘ, ਤੂੰ ਉਸ ਦੇਸ਼ ਦਾ ਵਾਸੀ ਹੋਵੇ ਜਿਸ ਵਿੱਚ ਸਭ ਨੂੰ ਰੋਟੀ ਰੋਜ਼ੀ ਤੇ ਸਿਰ ਤੇ ਛੱਤ ਮਿਲੇ। ਇਹ ਤੇਰੇ ਸੁਪਨਿਆਂ ਦਾ ਦੇਸ਼ ਅੱਜ ਬਰਬਾਦੀ ਦੇ ਕਿਨਾਰੇ ਤੇ ਆ ਭਗਤ ਸਿੰਘ, ਬਰਬਾਦੀ ਦੇ ਕਿਨਾਰੇ ਤੇ ਤੂੰ ਅੱਜ ਕੁਰਬਾਨੀ ਦੇ ਕੇ ਵੀ ਇਸ ਨੂੰ ਬਚਾ ਨਹੀਂ ਸਕੇਗਾ, ਕਿਉਂਕਿ ਅੱਜ ਕੱਲ੍ਹ ਸ਼ਹੀਦਾਂ ਨੂੰ ਅੱਤਵਾਦੀ, ਦੇਸ਼ ਧਰੋਹੀ ਤੇ ਗਦਾਰ ਕਹਿ ਕੇ ਪੁਕਾਰਦੇ ਨੇ। ਹੁਣ ਤੇਰਾ ਦੇਸ਼ ਖਤਮ ਹੋਣ ਤੇ ਜਾ ਰਿਹਾ, ਤੇਰਾ ਦੇਸ਼ ਖਤਮ ਹੋ ਜਾਵੇਗਾ ਭਗਤ ਸਿੰਘ, ਜਾ ਤੂੰ ਚਲਾ ਜਾ। ਜਾ ਭਗਤ ਸਿੰਘ, ਜਾ, ਤੂੰ ਇਹ ਦੇਸ਼ ਦਾ ਫਿਕਰ ਨਾ ਕਰ, ਇਹਨਾਂ ਦੇਸ਼ ਵਾਸੀਆਂ ਨੂੰ ਇਹਨਾਂ ਦੇ ਹਾਲਾਤ ਤੇ ਛੱਡ ਦੇ, ਇਹਨਾਂ ਨਾਲ ਜੋ ਹੁੰਦਾ ਹੋਣ ਦੇ ਭਗਤ ਸਿੰਘ, ਇਹ ਸਭ ਇਹਨਾਂ ਕਰਨੀਆਂ ਦਾ ਸਿੱਟਾ ਹੈ, ਇਹਨਾਂ ਦੀ ਕੀਤੀਆਂ ਦਾ ਫਲ ਹੈ। ਇਹ ਆਪਣੇ ਦੇਸ਼ ਦੀ ਬਾਗਡੋਰ ਖੁਦ ਉਹਨਾਂ ਹੱਥਾਂ ਵਿੱਚ ਦਿੰਦੇ ਨੇ ਜਿਹੜੇ ਦੇਸ਼ ਨੂੰ ਵੇਚਣ ਲਈ ਤੁਲੇ ਹੋਏ ਨੇ। ਜਾ ਭਗਤ ਸਿੰਘ, ਜਾ ਚਲਾ ਜਾ, ਇਹਨਾਂ ਬੁੱਚੜਾਂ ਦੇ ਹੱਥ ਨਾ ਆ ਜੀ ਭਗਤ ਸਿੰਘ, ਚਲਾ ਜਾ, ਜਾ, ਤੇਰੀ ਭੜਕਦੀ ਹੋਈ ਰੂਹ ਨੂੰ ਪਰਮਾਤਮਾ ਸ਼ਾਂਤੀ ਦੇਵੇ, ਜਾ ਚਲਾ ਜਾ, ਜਾ। ਮੇਰੀ ਹਿੰਦ ਦੇ ਵਾਰਸ ਹੋ ਤੁਸੀਂ ਸਾਰੇ, ਤੇ ਹਿੰਦ ਵਾਸੀਓ ਹਿੰਦ ਬਚਾ ਲੈਣਾ, ਸੰਗੀ ਦੇਸ਼ ਦੀ ਸਿਆਸਤ ਦੇ ਹੱਥ ਆਈ,
ਤੇ ਇਹਨਾਂ ਦੇਸ਼ ਨੂੰ ਕੱਚਾ ਚਬਾ ਜਾਣਾ। ਅਲਵਿਦਾ ਮੇਰੀ ਤੁਸਾਂ ਸਾਰਿਆਂ ਨੂੰ, ਅਲਵਿਦਾ ਮੇਰੀ ਤੁਸਾਂ ਸਾਰਿਆਂ ਨੂੰ, ਤੇ ਇਹਨਾਂ ਹੱਥਾਂ ਚੋਂ ਦੇਸ਼ ਛੁਡਾ ਲੈਣਾ, ਇਹਨਾਂ ਹੱਥਾਂ ਚੋਂ ਦੇਸ਼ ਛੁਡਾ ਲੈਣਾ, ਇਹਨਾਂ ਹੱਥਾਂ ਚੋਂ ਦੇਸ਼ ਛੁਡਾ ਲੈਣਾ। ਹਾਂ ਭਗਤ ਸਿੰਘ, ਅਸੀਂ ਤੇਰੇ ਸੁਪਨਿਆਂ ਦਾ ਦੇਸ਼ ਬਣਾਵਾਂਗੇ, ਅਸੀਂ ਉਹ ਹਰ ਸੰਭਵ ਕੋਸ਼ਿਸ਼ ਕਰਾਂਗੇ ਜਿਨ੍ਹਾਂ ਨਾਲ ਮਰ ਚੁੱਕੀਆਂ ਜ਼ਮੀਰਾਂ ਨੂੰ ਦੁਬਾਰਾ ਜ਼ਿੰਦਾ ਕਰ ਸਕੀਏ। ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ। ਭਗਤ ਸਿੰਘ ਤੇਰੀ ਸੋਚ ਤੇ ਭਰਾ ਦਿਆਂਗੇ ਠੋਕ, ਭਗਤ ਸਿੰਘ ਤੇਰੀ ਸੋਚ ਤੇ ਭਰਾ ਦਿਆਂਗੇ ਠੋਕ, ਭਗਤ ਸਿੰਘ ਤੇਰੀ ਸੋਚ ਤੇ ਭਰਾ ਦਿਆਂਗੇ ਠੋਕ, ਭਗਤ ਸਿੰਘ ਤੇਰੀ ਸੋਚ ਤੇ ਨਾਟਕ ਠੋਕ, ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼। ਜੇ ਚੰਗਾ ਲੱਗਾ, ਸਮਝ ਆਈ ਤਾਂ ਇੱਕ ਜ਼ੋਰਦਾਰ ਤਾੜੀ ਪਲੀਜ਼। ਬਹੁਤ ਬਹੁਤ ਧੰਨਵਾਦ। ਤੁਸੀਂ ਨਾਟਕ ਦੇਖਿਆ,